ਫ੍ਰੀ ਬੈਠੀ ਹਾਂ, ਮੰਮੀ ਨੂੰ ਫੋਨ ਕਰਦੀ ਹਾਂ। ਕੀ ਕਰਨ ਦੇ ਆ ਭਲਾ? ਹੈਲੋ। ਹੈਲੋ, ਹਾਂ ਮੰਮੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿਮਰ, ਕੀ ਹਾਲ ਆ? ਵਧੀਆ, ਤੁਸੀਂ ਸੁਣਾਓ? ਬੜੀ ਦੇਰ ਬਾਅਦ ਫੋਨ ਕੀਤਾ। ਕੁਝ ਨਹੀਂ ਮੰਮੀ, ਬਸ ਬੈਠੀ ਸੀ ਕਿ ਮੈਂ ਚੱਲ ਫੋਨ ਕਰ ਲੈਂਦੀ ਹਾਂ। ਹੋਰ ਵਧੀਆ ਸਭ ਘਰੇ? ਹਾਂਜੀ ਸਭ ਵਧੀਆ ਠੀਕ ਠਾਕ ਆ। ਮਨਦੀਪ ਗਿਆ ਕੰਮ ਤੇ? ਹਾਂਜੀ ਗਏ ਆ। ਹੋਰ ਖਾ ਲਈ ਰੋਟੀ ਪਾਣੀ? ਰੋਟੀ ਤੁਹਾਨੂੰ ਪਤਾ ਮੇਰਾ ਦਿਲ ਨਹੀਂ ਕੀਤਾ ਰੋਟੀ ਖਾਣ ਨੂੰ, ਮੈਂ ਫਿਰ ਕੁਛ ਖਾ ਲਿਆ ਸੀਗਾ। ਭਿੰਡੀਆਂ ਸਬਜ਼ੀ ਬਣਾਈ ਸੀ ਰਾਤ ਇਹਨਾਂ ਨੇ, ਅਤੇ ਸਵੇਰੇ ਵੀ ਉਹੀ ਸੀਗੀ, ਅਤੇ ਫਿਰ ਮੈਂ ਖਾਧੀ ਨਹੀਂ। ਮੈਂ ਕਿਹਾ ਮੈਂ ਨਹੀਂ ਖਾਣੇ। ਨਹੀਂ ਤੇ ਇੱਕ ਟਾਈਮ ਸਬਜ਼ੀ ਬਣਾਈ ਤੇ ਦੋ ਟਾਈਮ ਖਾਂਦੇ ਹੋ? ਇੱਦਾਂ ਹੀ ਕਰਦੇ ਆ ਇਹ, ਰਾਤ ਰਾਤ ਜਿਹੜੀ ਸਬਜ਼ੀ ਬਣਾਉਣੀ ਉਹ ਸਵੇਰੇ ਖਾਂਦੇ ਆ। ਹਾਏ ਹਾਏ, ਉਹ ਕਿੱਦਾਂ ਦਿਲ ਕਰਦਾ ਖਾਣ ਨੂੰ? ਮੇਰਾ ਤਾਂ ਨਹੀਂ ਦਿਲ ਕਰਦਾ, ਮੈਂ ਤਾਂ ਸਵੇਰੇ ਕੁਛ ਨਾ ਕੁਛ ਮੰਗਾ ਲੈਂਦੀ ਹਾਂ, ਅਤੇ ਜਾਂ ਤਾਂ ਕੁਛ ਇੱਦਾਂ ਸੈਂਡਵਿਚ ਵਗੈਰਾ ਕਹੂੰਗੀ ਵੀ ਮੈਨੂੰ ਬਣਾਉਣ ਦਿਉ, ਮੈਂ ਉਹ ਖਾ ਲੈਂਦੀ ਹੁੰਦੀ ਹਾਂ। ਨਹੀਂ ਤੇ ਇੱਕ ਟਾਈਮ ਸਬਜ਼ੀ ਬਣਾ ਕੇ ਦੋ ਦੋ ਟਾਈਮ ਖਾਂਦਾ, ਕੌਣ ਖਾਂਦਾ ਅੱਜ ਕੱਲ੍ਹ? ਕੌਣ ਖਾਂਦਾ ਇਹ? ਐਵੇਂ ਬਈ ਜੀ ਸਬਜ਼ੀ ਕਰਕੇ ਖਾਂਦੇ, ਮੇਰਾ ਤਾਂ ਨਹੀਂ ਦਿਲ ਕਰਦਾ। ਮੈਂ ਮੇਰੀ ਗੱਲ ਸੁਣ ਧਿਆਨ ਨਾਲ, ਇਹ ਖਾਂਦੇ ਆ ਤੇ ਖਾਣ, ਠੀਕ ਹੈ? ਤੂੰ ਨਾ ਖਾਇਆ ਕਰ ਬਈ ਸਬਜ਼ੀ। ਨਹੀਂ ਮੈਂ ਨਹੀਂ, ਮੇਰਾ ਦਿਲ ਹੀ ਨਹੀਂ ਕਰਦਾ, ਤੁਹਾਨੂੰ ਪਤਾ ਮੈਂ ਕਦੇ ਖਾਧੀ ਨਹੀਂ। ਸਾਫ ਨਾ ਕਰਦਿਆ ਕਰਕੇ ਮੈਂ ਨਹੀਂ ਖਾਂਦੀ ਹੁੰਦੀ, ਸਾਡੇ ਘਰ ਨਹੀਂ ਬਣਦੀ ਹੈਗੀ ਇੱਦਾਂ ਕਰਕੇ ਕੋਈ ਚੀਜ਼। ਅਸੀਂ ਇੱਕੋ ਟਾਈਮ ਸਬਜ਼ੀ ਬਣਾਉਂਦੇ ਹਾਂ ਤੇ ਦੂਜੇ ਟਾਈਮ ਹੋਰ ਕੋਈ ਚੀਜ਼ ਖਾਂਦੇ ਹਾਂ। ਹਾਂਜੀ ਹਾਂਜੀ, ਓਕੇ ਜਵਾਬ ਦੇ ਦਿਆ ਕਰ ਤੂੰ, ਤੂੰ ਨਾ ਬਈ ਖਾਇਆ ਕਰ, ਬਿਮਾਰ ਹੋਏਂਗੀ। ਸਹੀ ਗੱਲ ਆ, ਮੈਂ ਤਾਂ ਨਹੀਂ ਖਾਂਦੀ ਐਵੇਂ, ਇਹਨਾਂ ਨੂੰ ਪਤਾ ਨਹੀਂ ਕਿੱਦਾਂ ਪਚਦੀ ਆ। ਤਿੰਨ ਟਾਈਮ ਸਬਜ਼ੀਆਂ ਖਾਣੀਆਂ ਤਾਂ ਸਾਡੇ ਨਹੀਂ ਆਦਤ ਹੈਗੀ। ਇੰਝ ਕਰਿਆ ਕਰ, ਜਾਂ ਤੇ ਆਪਣੇ ਸੱਸ ਨੂੰ ਕਿਹਾ ਕਰ ਕਿ ਮੈਨੂੰ ਕੁਝ ਹੋਰ ਬਣਾ ਦੇ। ਕਿਹਾ ਜੀ ਉਹਨਾਂ ਨੂੰ, ਤੁਹਾਨੂੰ ਪਤਾ ਉਹ ਘਰ 'ਚ ਕਿਹੜੀ ਕੋਈ ਚੀਜ਼ ਹੁੰਦੀ ਆ, ਘਰ 'ਚ ਤਾਂ ਕੋਈ ਚੀਜ਼ ਨਹੀਂ ਹੁੰਦੀ ਇਹਨਾਂ ਦੇ, ਪਈ ਮੰਗਵਾਉਣੀ ਪੈਂਦੀ ਆ ਸਪੈਸ਼ਲ। ਨਹੀਂ ਤੇ ਕਹਿ ਕੇ ਮੰਗਵਾ ਲਿਆ ਕਰ, ਹਨ ਸੱਸ ਤੇਰੀ ਘਰੇ ਹੁੰਦੀ ਆ, ਉਹ ਕੀ ਕਰਦੀ ਰਹਿੰਦੀ ਆ? ਆਹ ਨਹੀਂ ਮੰਗਵਾ ਦਿੰਦੇ, ਮੈਂ ਮਨਦੀਪ ਨੂੰ ਕਹਿ ਦਿੰਦੀ ਹੁੰਦੀ, ਉਹ ਲੈ ਆਉਂਦੇ ਹੁੰਦੇ ਆ। ਆਹੋ ਐਵੇਂ ਨਾ ਪਈ ਸਬਜ਼ੀ ਨਾ ਖਾਇਆ, ਉਹਨਾਂ ਨੇ ਕਹਿੰਦੇ ਸਾਫ਼ ਸਾਫ਼ ਹੀ ਕਹਿ ਰਿਹਾ ਕਰ ਕਿ ਸਾਡੇ ਘਰ ਇੱਦਾਂ ਨਹੀਂ ਖਾਂਦੇ ਨਹੀਂ ਹੈਗੇ, ਠੀਕ ਹੈ? ਠੀਕ। ਤੇ ਹੋਰ ਸੁਣਾ ਤੂੰ? ਬਸ ਵਧੀਆ, ਤੁਸੀਂ ਸੁਣਾਓ? ਡੈਡੀ ਠੀਕ ਨੇ? ਹਾਂ ਸਾਰੇ ਵਧੀਆ ਵਾ। ਆਣਾ ਹੀ ਫੇਰਾ ਪਾ ਲੈਣਾ ਹੀ, ਕੋਈ ਨਾ ਆਵਾਂਗੇ, ਤੁਸੀਂ ਆਇਓ ਕਿਸੇ ਦਿਨ। ਨਹੀਂ ਆਵਾਂਗੀ ਮੈਂ ਕਿਸੇ ਦਿਨ, ਕੋਈ ਨਹੀਂ ਆਵਾਂਗੀ। ਹਾਂ ਤੇ ਹੋਰ ਕੋਈ ਆਇਆ ਨਹੀਂ ਘਰੇ? ਨਹੀਂ ਨਹੀਂ ਕੋਈ ਨਹੀਂ ਆਇਆ। ਮੰਮੀ ਸੱਚ ਨਾ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਮੈਨੂੰ ਤਾਂ ਚੇਤਾ ਹੀ ਭੁੱਲ ਗਿਆ। ਕਿਹੜੀ ਗੱਲ ਕਰਨੀ ਹੈ? ਮੰਮੀ ਇਹਨਾਂ ਘਰ ਨਾ ਵਿਚੋਲਣ ਆਈ ਸੀਗੀ। ਵਿਚੋਲਣ? ਉਹ ਕੀ ਕਰਨ ਆਈ? ਇਹਨਾਂ ਨੇ ਬੁਲਾਇਆ ਸੀਗਾ, ਇੱਕ ਦਿਨ ਮੇਰੀ ਸੱਸ ਨੇ ਬੁਲਾਇਆ ਤੇ ਇੱਕ ਦਿਨ ਮਨਦੀਪ ਨੇ ਉਹਨਾਂ ਨੂੰ ਬੁਲਾਇਆ। ਕਿਉਂ, ਕਿਹੜੀ ਗੱਲੋਂ? ਤੁਹਾਨੂੰ ਪਤਾ ਹੁਣ ਚੀਜ਼ ਜਿਹੜੀ ਮੰਗਣੀ, ਮੈਂ ਤਾਂ ਇੰਨਾ ਕੋਈ ਮੰਗਣੀ ਹੈ, ਮੈਨੂੰ ਕੋਈ ਚੀਜ਼ ਮੰਗਦੀ ਸੀਗੀ ਤੇ ਆਂਦੇ ਸਾਡੇ ਕੋਲ ਖਰਚਾ ਹੈ ਨਹੀਂ, ਖਰਚਾ ਹੈ ਨਹੀਂ ਆ। ਜੇ ਤੁਹਾਨੂੰ 5,000 ਮੰਗ ਲਓ ਤਦ ਇਹਨਾਂ ਨੇ ਕੁਛ ਕਹਿਣਾ ਹੁੰਦਾ, ਜੇ 6 ਮੰਗ ਲਓ ਤਦ ਇਹਨਾਂ ਨੇ ਕਹਿਣਾ ਹੁੰਦਾ ਵਾ, ਤੇ ਮੈਂ ਫਿਰ ਇਹਨਾਂ ਕੋਲ ਮੰਗਿਆ, ਮੈਂ ਕਿਹਾ ਮੈਨੂੰ ਪੈਸੇ ਦਿਓ, ਤੇ ਇਹਨਾਂ ਨੇ ਝੱਟ ਵਿਚੋਲਣ ਨੂੰ ਫੋਨ ਕਰ ਦਿੱਤਾ ਵੀ ਸਾਡੇ ਕੋਲ ਖਰਚਾ ਬੜਾ ਮੰਗਦੀ ਆ, ਕੰਮ ਨਹੀਂ ਕਰਦੀ ਹੈਗੀ। ਤੇ ਫਿਰ ਮੈਨੂੰ ਵੀ ਗੁੱਸਾ ਚੜਿਆ, ਮੈਂ ਫਿਰ ਇਹਨਾਂ ਕਿਹਾ ਕਿੰਨੇ ਸੱਦਿਆ ਵਾ, ਫਿਰ ਕਹਿੰਦੇ ਕਿ ਅਸੀਂ ਬੁਲਾਇਆ ਵਾ, ਫਿਰ ਉਹ ਵੀ ਵਿਚਾਰੀ ਕੀ ਕਰਦੀ, ਉਹ ਵੀ ਇੱਧਰ ਸਮਝਾ ਸਮਝੂ ਕੇ ਚਲੇਗੀ। ਨਹੀਂ ਤੂੰ ਮੈਨੂੰ ਇਹ ਗੱਲ ਦੱਸੀ ਕਿਉਂ ਨਹੀਂ ਆ? ਮੰਮੀ ਤਾਂ ਹੀ ਤਾਂ ਮੈਂ ਤੁਹਾਨੂੰ ਫੋਨ ਕੀਤਾ ਕਿ ਚੱਲ ਨਾਲੇ ਤੁਹਾਡੇ ਨਾਲ ਗੱਲ ਕਰਦੀ ਹਾਂ, ਤੇ ਨਾਲੇ ਤੁਹਾਨੂੰ ਮੈਂ ਦੱਸਦੀ ਹਾਂ, ਤੇ ਵੇਖਿਓ ਤੁਹਾਨੂੰ ਵੀ ਫੋਨ ਆਉਣ ਹੀ ਵਾਲਾ ਹੋਣਾ ਵਾ। ਇਹ ਕੀ ਗੱਲ ਹੋਈ ਭਲਾ ਬੰਦਾ ਪੁੱਛੇ, ਜੇ ਵਿਆਹ ਕੇ ਖੜਿਆ ਵਾ ਤੇ ਖਰਚੇ ਵੀ ਤੇ ਇਹਨਾਂ ਨੇ ਕਰਨੇ ਆ। ਹਾਂਜੀ ਮੈਂ ਤਾਂ ਇਹਨਾਂ ਨੇ ਤੁਹਾਨੂੰ ਵੀ ਫੋਨ ਕਰਨਾ, ਵੇਖ ਲਿਓ ਜਾਂ ਤੇ ਮਨਦੀਪ ਕਰਨਗੇ ਤੇ ਜਾਂ ਮੰਮੀ ਕਰਨਗੇ। ਓਏ ਦੱਸ ਤਾਂ ਇੰਨੀ ਗੱਲਬਾਤ ਕੀ ਹੈ, ਵਿਚੋਲਣ ਨੂੰ ਸੱਦਣ ਪੈ ਗਏ ਆ? ਹੋਰ ਕੀ, ਉਹ ਵੀ ਬੜਾ ਬੋਲ ਕੇ ਗਏ ਫਿਰ ਇਹਨਾਂ ਨੂੰ ਵੀ ਤੁਸੀਂ ਨਿੱਕੀ ਨਿੱਕੀ ਗੱਲ 'ਤੇ ਮੈਨੂੰ ਫੋਨ ਕਰ ਦਿੰਦੇ ਹੋ, ਮੇਰਾ ਕੰਮ ਹੀ ਵਿਆਹ ਕਰਾਉਣਾ ਅਤੇ ਮੈਂ ਕਰਾ ਦਿੱਤਾ, ਹੁਣ ਉਸ ਤੋਂ ਬਾਅਦ ਮੈਨੂੰ ਫੋਨ ਨਹੀਂ ਕਰਨਾ। ਅੱਛਾ ਪੁੱਤ, ਤੂੰ ਮੈਨੂੰ ਗੱਲ ਤਾਂ ਦੱਸਣੀ ਸੀ, ਮੈਂ ਪੁੱਛਦੀ ਸਹੀ ਇਹਨਾਂ ਨੂੰ? ਕੋਈ ਨਹੀਂ ਮੰਮੀ, ਇਹਨਾਂ ਨੇ ਲਾਈਆਂ ਤੁਹਾਨੂੰ ਫੋਨ ਕਰਨਾ ਤਾਂ ਹੈਗਾ ਹੀ ਹੈ ਨਾ, ਤੁਸੀਂ ਉਦੋਂ ਇਹਨਾਂ ਨੂੰ ਪੁੱਛ ਲਿਓ।
ਕੋਈ ਨਹੀਂ ਫੋਨ ਕੀ ਕਰਨਾ, ਮੈਂ ਆਪ ਹੀ ਆਉਣੀ ਆ। ਆ ਤੁਸੀਂ ਨਾ ਕਿਸੇ ਦੇ ਨਾ ਆ ਜਾਓ ਫਿਰ। ਇਹ ਤੇ ਬਦਨਾਮੀ ਕਰਨ ਦੇ ਇਹ ਚੋਲ ਪਤਾ ਕਿ ਘਰ ਘਰ ਉਹਨੇ ਜਾਣਾ ਹੁੰਦਾ, ਸ਼ਕਤੀਆਂ ਦੇ ਰਿਸ਼ਤੇ ਕਰਾਉਂਦੀ ਆ ਉਹ, ਘਰ ਘਰ ਉਹਨਾਂ ਨੇ ਜਾਣਾ ਹੁੰਦਾ ਵਾ ਤੇ ਚੰਗੇ ਲਾਂਭੇ ਦੇਣ ਦੇ ਮੇਰੇ ਕੁੜੀ ਦੀ। ਹਾਂਜੀ ਕਰਦੀਆਂ ਨੇ ਇਹਨਾਂ ਨੂੰ ਸੈੱਟ ਆਣ ਕਿਵੇਂ। ਹਾਂ ਚਲੋ ਠੀਕ ਆ ਮੈਂ ਫਿਰ ਆਇਓ ਕਿਸੇ ਦਿਨ, ਠੀਕ ਆ। ਆਉਣਾ ਕੀ ਮੈਂ ਕੱਲ ਹੀ ਆ ਜਾਣਾ ਵਾ, ਮੈਨੂੰ ਤਾਂ ਗੁੱਸੇ ਬੜਾ ਚੜ ਗਿਆ ਗੱਲ ਸੁਣ ਕੇ। ਹਾਂਜੀ ਹਾਂਜੀ ਚਲੋ ਠੀਕ ਜੀ, ਆਉਂਦੀ ਹਾਂ ਮੈਂ ਕੱਲ, ਠੀਕ ਹੈ। ਠੀਕ ਆ। ਮੰਮੀ ਬੈਠੇ ਆ? ਹਾਂਜੀ ਬੈਠੇ। ਅੱਛਾ ਮੰਮੀ ਮੈਂ ਗੱਲ ਦੱਸਾਂ ਤੁਹਾਨੂੰ? ਦੱਸੋ। ਮੈਂ ਨਾ ਇੱਧਰ ਘੁਮਾਉਣ ਦੀ ਸੀ ਕਮਰੇ ਚੋਂ ਤੇ ਭਾਬੀ ਜੀ ਨੇ ਫੋਨ ਤੇ ਲੱਗੇ ਸੀ ਤੇ ਉਹ ਨਾ ਆਪਣੀ ਮੰਮੀ ਨਾਲ ਫੋਨ ਤੇ ਗੱਲਾਂ ਡਏ ਸੀ ਕਰਨ। ਆਪਣੀਆਂ ਘਰਦੀਆਂ ਗੱਲਾਂ ਦੱਸਣ ਡਏ? ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ। ਵਿਚੋਲਣ ਆਈ ਸੀ, ਇਹ ਸਬਜ਼ੀ ਬਣਾਉਂਦੇ ਆ, ਦੋ ਦੋ ਦਿਨ ਖਾਂਦੇ ਆ, ਇਹ ਮਤਲਬ ਕੱਪੜੇ ਨੀ ਬਣਾ ਕੇ ਦਿੰਦੇ ਮੈਨੂੰ, ਸਾਰੇ ਬਾਚ ਬਈ ਹੋਲਣ ਕਰਦੇ ਤੇ ਸਾਰਾ ਕੁਛ ਤੇ ਉਹਨੂੰ ਲੈ ਕੇ ਦੇਈਦਾ ਤੇ ਹੋਰ ਕਿਹੜੀ ਕਸਰ ਹੈਗੀ ਆ। ਕਿੰਨੀਆਂ ਗੱਲਾਂ ਡਏ ਕਹਿੰਦੇ, ਉਹਦੀ ਮਾਂ ਵੀ ਉਹਦੇ ਨਾਲ ਨਾ ਹਾਮੀ ਭਰਨ ਡਈ ਸੀ ਗੱਲ ਵਿੱਚ। ਮਾਂ ਨੇ ਤੇ ਭੂਏ ਚੜਾਈ ਆ, ਕਹਿੰਦੀ ਮੈਨੂੰ ਕੱਪੜੇ ਨੀ ਬਣਾ ਕੇ ਦਿੰਦੇ, ਆਹ ਕਹਿੰਦੇ ਜੋ ਕਹਿੰਦੇ, ਬੜੀਆਂ ਗੱਲਾਂ ਡਈ, ਵੱਧ ਘੱਟ ਗਈ ਕਰਨ। ਪਰ ਇਹ ਗੱਲ ਚੰਗੀ ਥੋੜੀ ਆ। ਚੰਗਾ ਤਾਂ ਨਹੀਂ, ਇਹ ਸਗੋਂ ਆਖਣ ਡਿਆ ਵੀ ਆਪ ਫੋਨ ਕਰਾਂਗੇ ਤੇ ਉਹਨਾਂ ਦੇ ਆਪੇ ਕਰਕੇ ਦੱਸ ਰਿਹਾ ਸਾਰਾ ਕੁਛ। ਹਜੇ ਉਦੋਂ ਆਂਟੀ ਆਈ ਤੇ ਸਮਝਾ ਕੇ ਗਈ ਸੀ ਵੀ ਇੱਦਾਂ ਦੇ ਕੰਮ ਨਾ ਕਰਿਆ ਕਰੋ ਤੇ ਚੁੱਪ ਕਰਕੇ ਘੁੰਮ ਜੀ ਹੋ ਕੇ ਚੱਲ ਗਈ ਸੀ ਅੰਦਰੋਂ ਬਾਹਰ ਤੇ ਕੱਲ ਉਹਨੇ ਕੰਮ ਫੇਰ ਉਹ ਕਰਤਾ ਨਾ। ਉਹਨੇ ਆਪੇ ਦੱਸਤਾ ਆਪਣੀ ਮਾਂ ਨੂੰ, ਅਸੀਂ ਕੀ ਦੱਸਣਾ। ਹਜੇ ਤੁਸੀਂ ਕਹਿਣ ਡੇ ਸੀ ਫੋਨ ਕਰਾਂਗੇ, ਤੁਸੀਂ ਫੋਨ ਕੀ ਕਰਨਾ? ਉਹ ਹੁਣ ਆਈ ਖੜੀ, ਉਹ ਕਹਿਣ ਵੀ ਡਈ ਕੋਈ ਨੀ ਮੈਂ ਆਵਾਂਗੀ, ਕਿਉਂਕਿ ਭਾਬੀ ਜੀ ਡਏ ਸੀ ਕਹਿਣ ਕਿ ਚਲੋ ਠੀਕ ਆ ਫਿਰ ਆ ਜਾਓ ਕਿਸੇ ਦਿਨ। ਆ ਜਾਈ ਫਿਰ ਹੁਣ ਕਿਸੇ ਦਿਨ ਆ ਜਾਣਾ। ਫਿਰ ਗੱਲ ਚੰਗੀ ਥੋੜੀ ਆ ਨਾ। ਮੰਮੀ ਵੀਰ ਜੀ ਆਉਣਗੇ ਤੇ ਸਾਰਾ ਕੁਛ ਦੱਸਿਓ ਉਹਨਾਂ ਨੂੰ। ਦੱਸ ਨਹੀਂ ਇਹਨੂੰ ਆਉਂਦਾ ਤਾਂ। ਹੁਣ ਦੀਦੀ ਕੀ ਕਰਨ ਡੇ ਸੀ? ਬਸ ਕੁਝ ਨਹੀਂ ਮੰਮੀ, ਵਿਹਲੇ ਬੈਠਾ ਵਾਂ, ਤਾਂ ਲੱਗੀ ਆ ਕੋਠੇ ਤੇ ਚੜਿਆ ਤਾਂ ਧੁੱਪ ਨਹੀਂ ਲੱਗਣ ਦੀ? ਧੁੱਪ ਤੇ ਲੱਗਣ ਦੀ ਆ। ਦੱਸੋ ਕੰਮ ਦੱਸੋ। ਤੇ ਉਹ ਮੇਰੀ ਗੱਲ ਸੁਣ, ਮੈਂ ਸੁਰਿੰਦਰ ਆਖਣ ਦੀ ਵੀ ਸਿਮਰ ਆਪਣੀ ਮੰਮੀ ਨੂੰ ਫੋਨ ਕਰਨ ਦੀ ਸੀ। ਉਹਨੂੰ ਫੋਨ ਕਰਨ ਦੀ? ਆਹੋ। ਉਹਨੂੰ ਦੱਸ ਕੀ ਹੋ ਗਿਆ, ਉਹਨੇ ਕਰ ਲਿਆ ਫੋਨ ਤੇ? ਆਖਣ ਦੀ ਵੀ ਸਾਰੀ ਗੱਲਾਂ ਦੱਸਣ ਦੀ ਉਹਨੂੰ, ਜੋ ਜੋ ਘਰ ਹੁੰਦਾ ਵਾ। ਲੈ ਮੈਂ ਸੋਚਣ ਰਿਹਾ ਸੀ ਕਿ ਮੈਂ ਆਪ ਫੋਨ ਕਰਕੇ ਦੱਸੂਗਾ ਸਾਰੀ ਗੱਲ ਤੇ ਇਹਨੇ ਆਪ ਹੀ ਪਹੁੰਚਾਤੀ ਹੈ। ਉਹਨੇ ਆਪ ਹੀ ਕਰਤਾ, ਸਬਜ਼ੀਆਂ ਬਈਆਂ ਖਾਂਦੇ ਆ, ਫਿਰ ਕਰਦੀ ਜੋ ਮੈਨੂੰ ਕੱਪੜੇ ਲੈ ਕੇ ਦਿੰਦੇ, ਸਾਰੀ ਗੱਲਾਂ ਦੱਸਣ ਦੀ ਵਿਚੋਲਾ ਨੂੰ ਫੋਨ ਕੀਤਾ। ਚਲੋ ਵਧੀਆ ਹੋ ਗਿਆ ਦਾਤਾ ਤੇ। ਆਹ ਜਿਹੜੀ ਗੱਲ ਨਹੀਂ ਆਪ ਕਰਕੇ ਦੱਸਣੀ ਉਹਨੇ ਆਪ ਹੀ ਕਰ ਲਈ ਆ। ਚਲ ਵਧੀਆ ਵਧੀਆ ਫਿਰ ਤੇ। ਨਹੀਂ ਮੰਮੀ ਹੋਰੀ ਨੇ ਨਹੀਂ ਅੱਗੋ ਕੁਝ ਵੀ ਕਿਹਾ? ਮੰਮੀ ਬਥੇਰਾ ਬੋਲਣ ਡਈ ਆਖਣ ਡਈ ਸੀ, ਉਹ ਵੀ ਉਹਨੇ ਭੂਏ ਚੜਾਈ ਇੱਕ, ਉਹ ਵੀ ਅੱਗੋ ਕਹਿਣ ਡਈ ਵੀ ਬਈਆਂ ਬਈਆਂ ਸਬਜ਼ੀਆਂ। ਮੇਰੀ ਗੱਲ ਸੁਣੋ, ਗੱਲ ਤੇ ਉਹਨਾਂ ਨੂੰ ਪਤਾ ਲੱਗ ਗਈ ਆ ਹਨਾ, ਤੇ ਐਦਾਂ ਕਰਾਂ ਮੈਂ ਵੀ ਕਰਦਾ ਫੋਨ। ਕਰ ਦਿਓ ਤੁਸੀਂ ਵੀ ਜਾਂ ਰਹਿਣ ਦਾ, ਕਰ ਦਿਓ ਓਦਾਂ। ਪਰ ਉਹ ਦਾਈ ਖੜੀ ਹੋ ਨਾ, ਇਹਨੇ ਸਿਮਰ ਨੇ ਦੱਸਤਾ ਨਾ ਕਿ ਵਿਚੋਲਾ ਨੂੰ ਫੋਨ ਕੀਤਾ ਸੀ। ਚਲੋ ਇਹ ਵੀ ਗੱਲ ਹੈਗੀ ਆ ਕਿ ਜੇ ਆਪਾਂ ਦੱਸਾਂਗੇ ਤੇ ਆਪਾਂ ਕਿਉਂ ਬੁਰੇ ਬਣਨਾ ਹਨਾ, ਉਹਨੇ ਆਪ ਹੀ ਦੱਸਤਾ ਤੇ ਵਧੀਆ ਗੱਲ ਆ। ਆਹੀ ਘੜੀ ਇੱਕ ਦੇ ਦਿਨ ਚ ਕੋਈ ਨਾ ਕਰ ਲੈਂਦੇ ਇਹਨੂੰ, ਜਿਹੜੇ ਚਾਲ ਚੱਲਣ ਕਰਦੀ ਆ ਤੇ ਕੋਈ ਨਾ ਆਊਗੀ ਤੇ ਵੇਖ ਲਾਂਗੇ ਫਿਰ। ਉਹ ਆ ਜਾਣਾ ਉਹਨੇ ਹੁਣ, ਬਹਿ ਕੇ ਕਰਾਂਗੇ ਗੱਲ ਇਹਨਾਂ। ਆਜਾ ਚਾਹ ਬਣਾ, ਬਣਾਈ ਪੀ ਲੈ। ਚਲੋ ਚਲੋ ਫਿਰ ਮੈਂ ਆ ਗਿਆ। ਲੈ ਇਹ ਤਾਂ ਬੜੀ ਵਧੀਆ ਗੱਲ ਹੋਈ ਆ, ਮੈਂ ਸੋਚਣਾ ਕਿ ਮੈਂ ਦੱਸਾਂਗਾ, ਇਹ ਤਾਂ ਆਟੋਮੈਟਿਕਲੀ ਗੱਲ ਬਣ ਗਈ। ਚਲ ਵਧੀਆ ਫਿਰ ਤੇ। ਦਾਲ ਤੇ ਗਈ ਬਾ ਨਾ ਤੇ ਸਿਮਰ ਨੂੰ ਕਹਿੰਦੀ ਨੇ ਪਿਆਜ਼ ਕੱਟ ਦੇ ਤੇ ਮੈਂ ਧਾਰ ਕੱਢਦਾ ਵਾਂ ਜਾ ਕੇ। ਸਿਮਰ? ਹਾਂਜੀ ਮੰਮੀ। ਮੈਨੂੰ ਪਿਆਜ਼ ਕੱਟ ਦਿਓ, ਮੈਂ ਧਾਰ ਕੱਢਦਾ ਵਾਂ ਬਹੁ ਜਾ ਕੇ। ਦਾਲ ਨੂੰ ਤੜਕਾ ਲਾਉਣਾ, ਦਾਲ ਬਣ ਗਈ ਆ। ਮੰਮੀ ਮੈਂ ਤਾਂ ਤੁਹਾਡੇ ਸਾਹਮਣੇ ਵੇਖੋ ਨੇਲ ਪੇਂਟ ਲਾਉਣੀ ਆ, ਮੇਰੇ ਤੇ ਨੇਲ ਪੇਂਟ ਜਿਹੜੀ ਲੱਤ ਜਾਣੀ ਆ ਸਾਰੀ। ਤੇ 2 ਮਿੰਟ ਲੱਗਣੇ ਤੇ ਕੱਢ ਦਿਓ ਤੇ ਮੈਂ ਫਿਰ ਆ ਕੇ ਤੜਕਾ ਲਾਉਣੀ, ਮੈਂ ਧਾਰ ਕੱਢਾਂ ਵਾਂ।
ਟਾਈਮ ਬੜਾ ਹੋ ਗਿਆ। ਮੰਮੀ ਤੁਸੀਂ ਧਾਰ ਕੱਢ ਕੇ ਆਣ ਕੇ ਕੱਟ ਦਿਓ। ਹਾਂ ਮੇਰੀ ਨੇਲ ਪੇਂਟ ਸਾੜੀ ਉੱਤਰ ਜਾਣੀ ਆ, ਹੁਣ ਤੁਹਾਨੂੰ ਪਤਾ ਕਿੰਨੀ ਮਹਿੰਗੀ ਤੇ ਲਿਆਉਂਦੀ ਆ ਮੈਂ। 2 ਮਿੰਟ ਬੰਦ ਕਰ ਦੇ ਨਾ, ਨਾਲ ਆਓ। ਮੰਮੀ ਮੇਰੇ ਲੱਗ ਗਈ ਆ ਵੇਖੋ ਹੱਥਾਂ ਤੇ, ਕਿੰਨੀ ਵਧੀਆ ਲੱਗੀ ਆ, ਸਾਰੀ ਖਰਾਬ ਹੋ ਜਾਣੀ, ਮੈਨੂੰ ਫੇਰ ਰਿਮੂਵ ਕਰਨੀ ਪੈਣੀ ਆ। ਸਿਮਰ ਤੁਸੀਂ ਨਾ ਹੀ ਕਰੀ, ਜਦੋਂ ਕੋਈ ਕੰਮ ਕਹਿ ਦੋ ਤੁਸੀਂ ਨਾ ਹੀ ਕਹਿਣੀ ਹੁੰਦੀ, ਮਨਾ ਹੀ ਕਰਨਾ ਹੁੰਦਾ। ਤੁਹਾਨੂੰ ਉਦਣ ਕਹਿ ਕੇ ਗਏ ਆ ਤੁਹਾਡੀ ਆਂਟੀ ਵੀ ਕੰਮ ਮਾੜਾ ਮੋਟਾ ਮੰਮੀ ਨਾਲ ਕਰਾ ਲਿਆ ਕਰੋ। ਕੋਈ ਨੀ ਮੰਮੀ ਮੈਂ ਕਰਾ ਲਿਆ ਕਰਾਂਗੀ, ਮੈਨੂੰ ਹੁਣ ਲਾ ਲੈਣ ਦਿਓ ਪਲੀਜ਼। ਕਮ ਸੇ ਕਮ ਬੰਦਾ ਪਿਆਜ ਵਿਊਜ ਕੱਟ ਕੇ ਦੇ ਦਿੰਦਾ ਬੈਠਾ, ਤੁਸੀਂ ਇੰਨੇ ਯੋਗ ਵੀ ਹੈਨੀ ਆ। ਮੰਮੀ ਤੁਹਾਡੇ ਸਾਹਮਣੇ ਮੈਂ ਲਾਉਂਦੀ ਆ, ਜੇ ਹੁਣ ਤੁਹਾਡੇ ਕੋਲ ਉਦਾਂ ਪੈਸੇ ਮੰਗੋ ਤਾਂ ਤੁਸੀਂ ਕਹਿੰਦੇ ਆ ਵੀ ਸਾਡੇ ਕੋਲ ਕਿੱਥੋਂ ਆਏ, ਤੇ ਏਦਾਂ ਨੁਕਸਾਨ ਨਹੀਂ ਹੁੰਦਾ ਫਿਰ ਚੀਜ਼ ਦਾ। ਤੇ ਲਾਂਦੀ ਰਹੀ ਵੇਲੀ ਸਾਰਾ ਦਿਨ ਕੀ ਕਰਨਾ ਹੁੰਦਾ ਵਾ, ਤੇ ਮੈਂ ਧਾਰ ਕੱਢਵਾ ਜਾ ਕੇ ਲੈ ਕਰ ਦੇ ਮੈਨੂੰ, ਉੱਥੇ ਰੱਖ ਦਿਓ ਜਦੋਂ ਸੁੱਕੇਗੀ ਤੇ ਮੈਂ ਕੱਟ ਦਾਂਗੀ। ਨੇਲ ਪੇਂਟ ਖਰਾਬ ਕਰਨੀ ਮੈਂ ਆਪਣੀ, ਪਿਆਜ ਨਾਲੇ ਅੱਖਾਂ 'ਚ ਪਾਣੀ ਕੱਢਦੇ ਰਹੋ, ਇੰਨੀ ਸੋਹਣੀ ਮੇਰੀ ਨੇਲ ਪੇਂਟ ਆ। ਸਿਮਰ ਹੁਣ ਇਹਨਾਂ ਨੂੰ ਕੱਟ ਵੀ ਲਈ ਤੇ ਮੈਂ ਕੱਢਵਾ ਧਾਰ ਜਾ ਕੇ, ਬੈਠੀ ਨਾ ਰਹੀ। ਕੁੜੀਏ ਪਿਆਜ ਨੀ ਕੱਟੇ? ਮੰਮੀ ਪਤਾ ਕਿੰਨਾ ਅੱਖਾਂ ਚ ਪਾਣੀ ਨਿਕਲਦਾ ਪਿਆਜ ਕੱਟਣ ਲੱਗੇ, ਤੁਸੀਂ ਕੰਮ ਮੈਨੂੰ ਉਹੋ ਜਿਹਾ ਦੇ ਗਏ ਹੋ। ਮੈਂ ਧਾਰ ਕੱਟ ਕੇ ਆ ਗਈ ਆ ਤੇ ਤੇਰੇ ਕੋਲ ਪਿਆਜ ਨੀ ਕੱਟੇ ਗਏ, ਹੋਰ ਮੈਂ ਤੜਕਾ ਨਹੀਂ ਲਾਉਣਾ ਦਾਲ ਨੂੰ। ਮੰਮੀ ਪਿਆਜ ਕੱਟ ਲਓ, ਮੈਂ ਕੋਈ ਹੋਰ ਕੰਮ ਕਰ ਲਾਂਗੀ। ਚੱਜ ਦਾ ਕੰਮ ਕਰਨਾ ਲਈ ਕਿਤੇ ਤੇ ਆਖੀ ਨਾ ਲੱਗ ਜਾ ਕਰਦੀ ਇਹਦੀ। ਮੰਮੀ ਕੀ ਖਾਂਦੇ ਹੋ? ਕੁਛ ਨੀ ਸੁਰਿੰਦਰ, ਦਾਲ ਧਰੀ ਸੀ ਤੇ ਦਾਲ ਦੀ ਗਈ ਭਾਂਡ ਤੇ ਮੈਂ ਤੜਕਾ ਲਾ ਲਾਂ ਤੇ ਧਾਰ ਕੱਢਣ ਚਲ ਗਈ। ਅੱਛਾ, ਤੇ ਮੈਂ ਸਿਮਰ ਨੂੰ ਕਹਿ ਕੇ ਗਈ ਆ ਵੀ ਪਿਆਜ ਕੱਟ ਦੇ ਤੇ ਮੈਂ ਦਾਲ ਨੂੰ ਤੜਕਾ ਲਾਉਣੀ ਆ ਕੇ ਧਾਰ ਕੱਢ ਕੇ, ਤੇ ਉਹਨੇ ਕੀਤਾ ਨੀ ਕੁਛ ਵੀ, ਨੋ ਪਾਸ ਨੂੰ ਲੱਗੀ ਤੇ ਮੈਂ ਅੱਜ ਉੱਧਰ ਕੱਪੜੇ ਧੋਣ ਦੀ, 2-4 ਕੱਪੜੇ ਪਏ ਤੇ ਮੈਂ ਚੱਲ ਮੈਂ ਧੋ ਦਿੰਦੀ ਤੇ ਤੁਸੀਂ ਮੈਨੂੰ ਕਹਿ ਜਾਂਦੇ ਲਿਆਓ ਮੈਂ ਕਰ ਦਿੰਦੀ ਆ। ਮੈਂ ਤਾਂ ਕਿਹਾ ਸੀ ਮੈਂ ਚੱਲ ਕਰ ਦਿੱਤੀ, ਬੇਟੀ ਵਿਹਲੀ ਹੈ ਤੇ ਨਹੀਂ ਉਹਨੇ ਕੀਤਾ, ਮਨਾ ਕਰਤਾ। ਕੀ ਕਰਦੀ ਹੁੰਦੀ ਹੋ? ਨੇਲ ਪੇਂਟ ਲਾਉਣ ਦੀ ਤੇ ਨੇਲ ਪੇਂਟ ਆਪੇ ਕਾਚੋਂ ਲੱਗ ਜਾਂਦੀ। ਆਹੋ ਆ ਨਹੀਂ ਆਖੇ ਲੱਗਦੀ ਮੇਰੇ। ਚਲੋ ਚੱਲ ਕਰ ਲਾ ਪਿਆਜ ਤੇ ਫਿਰ ਮੈਂ ਦੁੱਧ ਕੱਢ ਲਾਂ ਕੇ ਤਸਲੇ ਚ ਤੇ ਕਰ ਦੋ। ਤੁਸੀਂ ਮੈਨੂੰ ਕਹਿ ਦਿੰਦੇ ਮੈਂ ਕੱਪੜੇ ਛੱਡ ਕੇ ਪਹਿਲਾਂ ਆ ਕੰਮ ਕਰ ਦਿੰਦੀ। ਚਲ ਕੋਈ ਨਹੀਂ ਹੁਣ ਕਰ ਦੋ, ਤੁਸੀਂ ਮੈਨੂੰ ਦੱਸ ਦਿਆ ਕਰੋ ਜਿਹੜਾ ਕੋਈ ਕੰਮ ਹੁੰਦਾ ਆ ਮੈਂ ਕਰ ਦਿੰਦੀ ਹਾਂ। ਉਹਨੂੰ ਤੇ ਵੈਸੇ ਵੀ ਕੰਮ ਕਹਿਣਾ ਕੋਈ ਪਛਾਣਿਆ ਦਾ ਘੱਟ ਆਇਆ। ਵੇਖ ਕੇ ਇੰਨਾ ਗੱਲ ਸੁਣ ਕੇ ਇੰਨਾ ਗੁੱਸਾ ਚੜਨ ਦਿਆ ਨਾ, ਕਿੱਦਾਂ ਮੇਰੀ ਕੁੜੀ ਨੂੰ ਤੰਗ ਕਰਨ ਡੇ ਆ। ਇੱਕ ਟਾਈਮ ਸਬਜ਼ੀ ਬਣਾਉਂਦੇ ਤੇ 4-4 ਟਾਈਮ ਖਵਾਉਂਦੇ ਉਹਨੂੰ, ਇੰਨਾ ਗੁੱਸਾ ਚੜਨ ਦਿਆ ਨਾ। ਮੈਂ ਪਹਿਲਾਂ ਲਾਵਾਂ ਰਾਜਵਿੰਦਰ ਦੀਦੀ ਨੂੰ ਫੋਨ, ਕਹਿੰਦੇ ਮੈਂ ਵਿਚੋਲਣ ਨੂੰ ਸੱਦਿਆ 2-3 ਵਾਰੀ ਨੂੰ, ਸਿਮਰ ਕਹਿਣ ਡੀ ਕਿ ਸੱਦਿਆ ਉਹਨੂੰ, ਲਾਵਾਂ ਭਲਾ ਉਹਨੂੰ ਫੋਨ। ਕੀ ਕਹਿੰਦੀ ਭਲਾ ਰਾਜਵਿੰਦਰ? ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ? ਠੀਕ ਹੋ? ਹਾਂਜੀ ਠੀਕ ਆ, ਤੁਸੀਂ ਸੁਣਾਓ। ਮੈਂ ਵੀ ਵਧੀਆ ਹੀ ਹਾਂ। ਮੈਨੂੰ ਨਾ ਇੱਕ ਗੱਲ ਦਾ ਪਤਾ ਲੱਗਾ ਵਾ। ਕਿਹੜੀ ਗੱਲ ਦਾ ਪਤਾ ਲੱਗਾ ਤੁਹਾਨੂੰ? ਅੱਛਾ, ਉਹ ਸਿਮਰ ਦੇ ਸਹੁਰੇ ਨੇ ਸੱਦਿਆ ਹੀ ਤੁਹਾਨੂੰ ਭਲਾ? ਹਾਂਜੀ ਸੱਦਿਆ ਸੀਗਾ। ਕੀ ਚੱਕਰ ਹੋ ਗਿਆ? ਚੱਕਰ ਤੁਹਾਨੂੰ ਪਤਾ ਜਦੋਂ ਬੱਚੇ ਵਿਆਹ ਦੇ ਤੇ ਕੀ ਹੁੰਦਾ ਚੱਕਰ। ਨਹੀਂ, ਮੈਨੂੰ ਤਾਂ ਸਿਮਰ ਨੇ ਅੱਜ ਫੋਨ ਕੀਤਾ ਤੇ ਉਹਨੇ ਮੈਨੂੰ ਸਾਰੀ ਗੱਲ ਦੱਸੀ ਹੈ। ਇਹ ਕਹਿੰਦੇ ਸੀ ਰਾਜਵਿੰਦਰ ਦੀਦੀ ਨੂੰ 2 ਵਾਰੀ ਸੱਦਿਆ ਤੇ ਨਾ ਤੁਸੀਂ ਮੈਨੂੰ ਦੱਸਣਾ ਠੀਕ ਸਮਝਿਆ ਤੇ ਨਾ ਹੀ ਮੈਨੂੰ ਸਿਮਰ ਨੇ ਦੱਸਿਆ ਤੇ ਮੈਨੂੰ ਅੱਜ ਸਾਰੀ ਗੱਲ ਦਾ ਪਤਾ ਲੱਗਾ। ਸਿਮਰ ਨੇ ਨਹੀਂ ਦੱਸਿਆ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਇਹ ਕੁੜੀ ਚੰਗੀ ਜਿਹਨੇ ਆਪਣੇ ਮਾਂ ਪਿਓ ਨੂੰ ਕੁਛ ਦੱਸਿਆ ਨੀਗਾ,
ਤੇ ਮੈਨੂੰ ਦੋ ਤਿੰਨ ਵਾਰੀ ਸੱਦਿਆ ਇਹਨਾਂ ਨੇ, ਮੈਂ ਤਾਂ ਉਹਨਾਂ ਦਾ ਸੁੱਖ ਸਾਥ ਦਿੱਤਾ, ਗਾਹਕ ਮਾਰਿਆ ਹੀ ਉਹਨਾਂ ਦੇ ਘਰ। ਨਹੀਂ ਐਡੀ ਕਿਹੜੀ ਗੱਲ ਹੋ ਗਈ, ਕਹਿੰਦੇ ਕੰਮ ਨਹੀਂ ਕਰਦੀ, ਕੋਈ ਘਰ ਦਾ ਕੰਮ ਨਹੀਂ ਕਰਦੀ, ਖਰਚੇ ਬਹੁਤ ਕਰਾਉਂਦੀ ਆ। ਨਹੀਂ ਖਰਚੇ ਕਿਹੜੇ ਕਿਹੜਾ, ਮੈਂ ਕਹਿੰਦਾ ਵੀ ਰੋਜ਼ ਮੰਗ ਲੈਂਦੀ ਆ, ਅੱਧੋ ਕੀ ਇਹਨਾਂ ਵਾਲੀ, ਉਹ ਖਾਣ ਪਾਣੀ ਵਾ, ਉਹਨੂੰ ਸ਼ੌਕੀਨ ਹੈਗੀ ਖਾਣ ਪਾਣ ਦੀ, ਸ਼ੌਕੀਨ ਹੈਗੀ ਆ, ਇਹਨਾਂ ਕੋਲ ਖਾਣ ਪਾਣ ਵੀ ਨਹੀਂ ਪੂਰਾ ਹੁੰਦਾ ਵਾ ਉਹਦਾ। ਮੈਂ ਤਾਂ ਭੈਣ ਜੀ ਬਥੇਰਾ ਕਿਹਾ ਸੀ, ਮੈਂ ਕਿਹਾ ਆਪਣੇ ਘਰ ਇੱਦਾਂ ਗਿੱਝੀ ਆ, ਉਹ ਆਪੇ ਹੌਲੀ ਹੌਲੀ ਤੁਹਾਡੇ ਨਾਲ ਵੀ ਇੱਦਾਂ ਐਡਜਸਟਮੈਂਟ ਕਰ ਲਏਗੀ, ਪਰ ਪਤਾ ਨਹੀਂ ਉਹ ਕਿੱਦਾਂ ਦੇ ਨੇ, ਉਹ ਮੰਨਦੀ ਨਹੀਂ ਹੈਗੀ ਕਿਸੇ ਦੀ ਗੱਲ। ਉਹ ਤਾਂ ਮੈਨੂੰ ਕਹਿਣ ਡੀ ਕਹਿੰਦੀ ਮੰਮੀ ਇੱਕ ਟਾਈਮ ਸਬਜ਼ੀ ਬਣਾਉਂਦੇ ਤੇ ਤਿੰਨ ਤਿੰਨ ਟਾਈਮ ਖਾਂਦੇ ਆ, ਐਡੇ ਕੰਜੂਸ ਆ ਮੈਂ ਕਹਿੰਦੀ ਹਾਂ। ਹੈ ਤਾਂ ਭੈਣ ਜੀ ਪਹਿਲਾਂ ਹੀ ਕੰਜੂਸ ਸੀਗੇ, ਮੈਨੂੰ ਪਤਾ ਸੀ ਇਹ ਬਹੁਤ ਕੰਜੂਸ ਨੇ। ਤੁਸੀਂ ਚੱਲੋਗੇ ਘਰ ਮੇਰੇ ਨਾਲ? ਨਾ ਮੈਂ ਨਹੀਂ ਜਾਣਾ, ਮੈਂ ਤਾਂ ਸੂਟਾ ਸੁੱਟਾਂ ਹੀ ਉਹਨਾਂ ਦੇ ਘਰ, ਮੈਂ ਨਹੀਂ ਜਾਣਾ ਹੁਣ। ਜਦੋਂ ਇਹ ਕੋਈ ਪ੍ਰਾਹੁਣਾ ਆਉਣਾ ਹੁੰਦਾ ਨਾ ਉਦੋਂ ਹੀ ਚੀਜ਼ ਲਿਆਉਂਦੇ, ਉੱਦਾਂ ਨਹੀਂ ਲਿਆਉਂਦੇ ਤੇ ਜਿਹੜੇ ਪ੍ਰਾਹੁਣੇ 'ਚ ਬਚ ਜਾਂਦੀ ਨਾ ਉਹ ਹੀ ਪੀ ਪੂ ਲੈਂਦੇ। ਇਹਦੇ ਵਾਲੀ ਹਰ ਘਰ ਦਾ ਵੱਖਰਾ ਵੱਖਰਾ ਭੈਣ ਜੀ ਆਪਣਾ ਹੁੰਦਾ ਵਾ, ਕਈਆਂ ਘਰ ਚੀਜ਼ਾਂ ਲਿਆ ਕੇ ਸਾਡੀ ਕੁੜੀ ਨਹੀਂ ਇੱਦਾਂ ਦੀ ਜੀ ਹੈਗੀ ਆ, ਪਿਓ ਨੇ ਕਿੰਨੀਆਂ ਕਿੰਨੀਆਂ ਚੀਜ਼ਾਂ ਲਿਆ ਲਿਆ ਕੇ ਦਿੰਦਾ ਇਹਨੂੰ। ਮੈਂ ਤਾਂ ਬਥੇਰਾ ਕਿਹਾ ਸੀ ਭੈਣ ਜੀ ਮੈਂ ਤਾਂ ਰਿਸ਼ਤਾ ਕਰਾਉਂਦਾ, ਪਹਿਲਾਂ ਵੀ ਇਹਨਾਂ ਨੂੰ ਕਿਹਾ ਸੀ ਵੀ ਉਹ ਆਪਣੇ ਘਰ ਇੱਦਾਂ ਰਹਿੰਦੀ ਜੇ, ਉਹਨਾਂ ਦੇ ਘਰ ਇੱਦਾਂ ਖੁੱਲ੍ਹਾ ਹੀ ਲਾਉਣ ਪਾਉਂਦੇ ਆ ਸਭ ਕੁਝ ਹੀ, ਖਾਣ ਪੀਣ ਵੀ ਖੁੱਲ੍ਹਾ ਵਾ, ਇਹ ਸਾਰਾ ਟੱਬਰ ਕੰਜੂਸ ਬੜੇ, ਇੱਕ ਚੀਜ਼ ਜਿਹੜੀ ਸਾਰਾ ਟੱਬਰ ਇਕੱਠੇ ਹੋ ਕੇ ਪਹਿਲਾਂ ਸਲਾਹ ਕਰਦੇ ਆ ਫਿਰ ਉਹ ਚੀਜ਼ ਲੈ ਕੇ ਆਉਂਦੇ ਆ। ਮੈਂ ਮੁੰਡਾ ਵੀ ਉਹਨਾਂ ਦਾ ਫਿਰ ਓਦਾਂ ਦਾ ਹੀ ਆ, ਉਹਨਾਂ ਦੇ ਮਗਰ ਹੀ ਲੱਗਦਾ। ਕੋਈ ਨੀ ਕਰ ਲਾਂਗੇ, ਉਹਨੂੰ ਸਿੱਧਿਆ ਮੈਂ ਪਖੰਡ ਫੜੇ ਇਹਨਾਂ ਨੇ। ਅੱਜ ਤੇ ਮੈਨੂੰ ਸਿਮਰ ਦਾ ਫੋਨ ਆਇਆ, ਭੈਣ ਜੀ ਮੈਂ ਤੁਹਾਨੂੰ ਕੀ ਦੱਸਾਂ, ਮੈਨੂੰ ਇੰਨਾ ਗੁੱਸਾ ਚੜ੍ਹਨ ਗਿਆ ਨਾ, ਮੈਨੂੰ ਕਹਿੰਦਾ ਕੁੜੇ ਚੱਲ ਜਾ। ਨਹੀਂ ਚਲੋ ਭੈਣ ਜੀ, ਜਾਓਗੇ ਤੇ ਹੌਸਲੇ ਨਾਲ ਗੱਲ ਕਰਿਓ, ਇਹ ਰਿਸ਼ਤੇਦਾਰੀ ਤੁਹਾਨੂੰ ਪਤਾ ਫੁੱਲਾਂ ਦੀ ਭਾਸ਼ਾ ਵਰਗਾ ਰਿਸ਼ਤੇਦਾਰ ਰਿਸ਼ਤੇਦਾਰੀ ਹੁੰਦੀ ਆ। ਨਹੀਂ ਫੁੱਲਾਂ ਦੀ ਭਾਸ਼ਾ ਨਾਲ ਮੈਂ ਕਹਾਂ, ਜਦੋਂ ਮੇਰੀ ਕੁੜੀ ਤੰਗ ਆ ਵੀ ਤੀ ਤੰਗ ਆ ਤੇ ਮੈਂ ਇਹਨਾਂ ਨੂੰ ਕੀ ਕਰਨਾ। ਚਲੋ ਕੋਈ ਨੀ, ਆਪੇ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਣਾ ਜੀ। ਚੱਲ ਦੇਖਾਂਗੇ ਤੇ ਕੱਲ ਤੱਕ ਆਪਣੇ ਘਰੇ ਗੱਲ ਕਰ ਛੱਡਿਓ, ਤੇ ਮੇਰੇ ਨਾਲ ਚੱਲਣਾ ਤੁਸੀਂ। ਠੀਕ ਹੈ ਠੀਕ ਹੈ, ਹਾਂਜੀ ਠੀਕ ਹੈ, ਹਾਂਜੀ ਠੀਕ ਹੈ, ਚਲੋ ਠੀਕ ਹੈ ਜੀ, ਓਕੇ। ਕਹਿਣ ਡੇ ਕਹਿੰਦੇ ਮੈਂ ਵੀ ਹੋ ਕੇ ਆਈ ਉਧਰ ਦੋ ਤਿੰਨ ਵਾਰੀ, ਕਹਿੰਦੇ ਲਾਫਾ ਕਰ ਰਹੀ ਸੂਟ ਜਿਹੜਾ ਲਿਆਂਦਾ ਸੁੱਟਾ ਹੀ, ਕਹਿੰਦਾ ਤੂੰ ਤਾਂ ਸੁੱਟਾ ਏ। ਕੋਈ ਗੱਲ ਨੀ, ਮੈਂ ਜਾਂਦੀ ਹਾਂ ਨਾ ਕੱਲ੍ਹ, ਨਾਲੇ ਨੂੰ ਵੀ ਖੜਦੀ ਹਾਂ। ਮੈਂ ਗੁੱਸਾ ਚੜ੍ਹਨ ਕਿਹਾ ਮੈਨੂੰ, ਰਾਤ ਪਹਿਲਾਂ ਕਿੱਦਾਂ ਲੰਘਣੀ ਮੇਰੀ।